ਸੋਸ਼ਲ ਮੀਡੀਆ ਤੇ ਪੂਰੀ ਦੁਨੀਆ ਸਿੱਧੂ ਮੂਸੇਵਾਲਾ ਸਾਹਿਬ ਦੇ ਬਾਪ ਸਰਦਾਰ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਦੇ ਰਹੀ ਹੈ ਕਿ ਤੁਹਾਡੇ ਘਰ ਇੱਕ ਨਵਜੰਮੇ ਬੱਚੇ ਨੇ ਜਨਮ ਲਿਆ। ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਕਹਿੰਦੇ ਕਿ ਇੱਕ ਛੋਟੇ ਬੱਚੇ ਦੇ ਰੂਪ ਵਾਪਸੀ ਹੋਈ ਤੇ ਬੀਤੇ ਕੱਲ ਸੋਸ਼ਲ ਮੀਡੀਆ ਤੇ ਇੱਕ ਸਰਦਾਰ ਬਲਕੌਰ ਸਿੰਘ ਨੇ ਵੀਡੀਓ ਸਾਂਝੀ ਕੀਤੀ ਹੈ। ਬੜੇ ਦੁਖੀ ਦੁਖੀ ਹੋ ਕੇ ਕਿ ਭਾਈ ਸਾਨੂੰ ਸਰਕਾਰ ਤੇ ਪ੍ਰਸ਼ਾਸਨ, ਖਾਸ ਤੌਰ ਤੇ ਪ੍ਰਸ਼ਾਸਨ ਜਿਹੜਾ ਹਜੇ ਤੱਕ ਵੀ ਤੰਗ ਕਰ ਰਿਹਾ। ਉਹਨਾਂ ਨੇ ਕਿਹਾ ਕੀ ਹੈ ਕਿ ਪ੍ਰਸ਼ਾਸਨ ਸਾਨੂੰ ਇਹ ਕਹਿ ਰਿਹਾ ਕਿ ਭਾਈ ਤੁਹਾਡੇ ਘਰ ਜਿਸ ਬੱਚੇ ਨੇ ਜਨਮ ਲਿਆ ਤੁਸੀਂ ਸਾਨੂੰ ਉਹਦੇ ਜਿਹੜੇ ਹੈਗੇ ਆ ਕੋਈ ਡਾਕੂਮੈਂਟਸ ਆ ਇਸ ਤਰੀਕੇ ਦੇ ਸਬਮਿਟ ਕਰਾਓ ਕਿ ਭਾਈ ਜਿਹਦੇ ਵਿੱਚ ਸਾਰੇ ਪਤਾ ਲੱਗ ਸਕੇ ਕਿ ਇਹ ਬੱਚਾ ਲੀਗਲ ਹੈ ਵੀ ਕਿ ਨਹੀਂ। ਹੁਣ ਗੱਲ ਇਹ ਹੈ ਕਿ ਅੱਜ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਆ ਉਹ ਅੰਡਰ ਕਿਹਨਾਂ ਦੇ ਚੱਲ ਰਿਹਾ, ਪੰਜਾਬ ਦੇ ਵਿੱਚ ਅੱਜ ਮੁੱਖ ਮੰਤਰੀ ਕੌਣ ਹੈ? ਬੇਸ਼ੱਕ ਇਹ ਮੁੱਖ ਮੰਤਰੀ ਦੇ ਵੱਲੋਂ ਨਾ ਹੋਵੇ ਪਰ ਮੇਰਾ ਇਹ ਕਹਿਣਾ, ਕਿਉਂਕਿ ਭਗਵੰਤ ਸਿੰਘ ਮਾਨ ਸਾਹਿਬ ਜੇ DGP DIG ਚਾਹੇ ਇਸ ਲੈਵਲ ਦੀ ਗੱਲ ਕਰ ਲਈਏ ਤੇ ਸਾਰੇ ਬੰਦੇ ਉਹ ਜਿਹੜੇ ਤੁਹਾਡੇ ਗ੍ਰਹਿ ਮੰਤਰੀ ਤੇ ਥੱਲੇ ਚੱਲਦੇ ਤੇ ਗ੍ਰਹਿ ਮੰਤਰੀ ਪੰਜਾਬ ਦਾ ਕੌਣ ਆ? ਉਹ ਵੀ ਸਰਦਾਰ ਭਗਵੰਤ ਸਿੰਘ ਮਾਨ। ਤਾਂ ਜਨਾਬ ਕੀ ਅੱਜ ਪੰਜਾਬ ਦੇ ਵਿੱਚ ਜੇ ਕੋਈ ਬੱਚਾ ਜਨਮ ਲਊਗਾ ਉਹਨੂੰ ਪਹਿਲਾਂ ਸਰਕਾਰ ਤੋਂ ਪੁੱਛਣਾ ਪਿਆ ਕਰੂਗਾ ਵੀ ਹਾਂ ਭਾਈ ਇਹ ਵਾਕਈ ਤੁਹਾਡਾ ਹੈ ਕਿ ਨਹੀਂ ਕਿਸੇ ਹੋਰ ਦਾ? ਕੀ ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਮੌਤ ਹੋਈ ਹੈ ਜਿਸ ਤਰੀਕੇ ਨਾਲ ਉਹਨਾਂ ਦਾ ਐਨਕਾਊਂਟਰ ਹੋਇਆ ਕਿ ਉਸ ਤੋਂ ਬਾਅਦ ਵੀ ਸਾਨੂੰ ਪਰਿਵਾਰ ਨੂੰ ਇੰਨਾ ਪਰੇਸ਼ਾਨ ਕਰਨਾ ਬੰਦ ਹੈ? ਕੀ ਸਿੱਧੂ ਮੂਸੇਵਾਲਾ ਸਾਹਿਬ ਜਿਨ੍ਹਾਂ ਦੇ ਮਾਂ ਬਾਪ ਮੇਰੇ ਹਿਸਾਬ ਨਾਲ 50-60 ਸਾਲ ਦੀ 50 ਸਾਲ ਨਹੀਂ 60 ਸਾਲ ਦੀ ਘੱਟੋ ਘੱਟ ਉਹਨਾਂ ਦੀ ਉਮਰ ਹੋਊਗੀ। ਸਾਨੂੰ ਪਤਾ ਕਿ ਪੰਜਾਬ ਦੇ ਵਿੱਚ ਜਿਹੜਾ IVF ਸਿਸਟਮ ਹੈ ਇਸ ਤਕਨੀਕ ਦੇ ਰਾਹੀਂ ਵੀ 50 ਸਾਲ ਤੋਂ ਵੱਧ ਔਰਤ ਜਿਹੜੀ ਹੈਗੀ ਆ ਉਹ ਜਨਮ ਨਹੀਂ ਦੇ ਸਕਦੀ ਇੱਕ ਬੱਚੇ ਨੂੰ, ਪਰ ਸਾਨੂੰ ਉਹਨਾਂ ਦੀ ਇੱਕ ਰਿਕਾਰਡ ਵੀ ਕਢਾ ਲੈਣਾ ਚਾਹੀਦਾ ਸੀ ਕਿ ਭਾਈ ਜੀ ਉਹ ਅੱਜ ਤੋਂ 6 ਤੋਂ 6.5 ਜਾਂ 7 ਮਹੀਨੇ ਪਹਿਲਾਂ ਯਾਦ ਹੋਊਗਾ ਏਅਰਪੋਰਟ ਤੋਂ ਉਹਨਾਂ ਨੇ ਫੋਟੋਆਂ ਪਾਈਆਂ ਸੀ ਕਿ ਭਾਈ ਜੀ ਅਸੀਂ ਅਮੈਰੀਕਾ ਕਿਸੇ ਕੰਮ ਲਈ ਜਾਂ ਕਿਸੇ ਧੰਦੇ ਲਈ ਚੱਲੇ ਹਾਂ, ਅਮੈਰੀਕਾ ਜਾਂ ਮੇ ਬੀ ਹੋਰ ਕੰਟਰੀ ਸੀ। ਤਾਂ ਉਹਨਾਂ ਨੇ ਜਿਸ ਤਰੀਕੇ ਨਾਲ ਵੀ ਇਸ ਬੱਚੇ ਨੂੰ ਆਪਦੀ ਗੋਦ 'ਚ ਲਿਆ, ਚਲੋ ਵਾਹਿਗੁਰੂ ਨੇ ਉਹਨਾਂ ਦੇ ਘਰੇ ਖੁਸ਼ੀਆਂ ਦਿੱਤੀਆਂ, ਪਰਿਵਾਰ 'ਚ ਬੱਚੇ ਨੇ ਜਨਮ ਲੈ ਲਿਆ, ਮਾਂ ਬਾਪ ਦਾ ਜਿਹੜਾ ਦੁੱਖ ਸੀ ਉਹ ਬਲਕੌਰ ਸਿੰਘ ਜੀ ਦਾ ਵੀ ਕਹਿਣਾ ਹੈ ਕਿ ਭਾਈ ਸਾਡਾ ਦੁੱਖ ਅੱਜ ਅੱਧਾ ਹੋ ਗਿਆ ਵੀ ਸਾਡੇ ਘਰੇ ਅਗਲੇ ਬੱਚੇ ਨੇ ਜਨਮ ਲਿਆ। ਤੇ ਅਸੀਂ ਕੀ ਕਰ ਰਹੇ ਹਾਂ ਕਿ ਭਾਈ ਜੀ ਵੀ ਸਾਨੂੰ ਵਿਖਾਓ ਵੀ ਤੁਹਾਡਾ ਬੱਚਾ ਲੀਗਲ ਹੈ ਜਾਂ ਨਹੀਂ, ਪਰ ਮੈਂ ਕਿਸੇ ਦੇ ਪਰਿਵਾਰ ਤੇ ਅਟੈਕ ਕਰਨਾ ਕੋਈ ਵਾਜਬ ਗੱਲ ਨਹੀਂ ਸਮਝਦਾ। ਤਾਂ ਭਗਵੰਤ ਸਿੰਘ ਮਾਨ ਸਾਹਿਬ ਮੇਰਾ ਇੱਕ ਤੁਹਾਡੇ ਨਾਲ ਬੜਾ ਤਜਵੀਜ਼ ਨਾਲ ਇੱਕ ਮੇਰਾ ਸਵਾਲ ਆ ਤੁਹਾਡੇ ਤੇ, ਕੀ ਭਗਵੰਤ ਸਿੰਘ ਮਾਨ ਸਾਹਿਬ ਇੱਥੇ ਦੱਸਣਗੇ ਵੀ ਤੁਹਾਡੇ ਜਿਹੜੇ ਪਿਛਲੇ 2 ਬੱਚੇ ਸੀ ਉਹ ਅਮਰੀਕਾ ਦੇ ਵਿੱਚ ਚਲੋ ਚਲੇ ਗਏ ਕਿਸੇ ਕਾਰਨ ਤੁਹਾਡੇ 'ਚ ਕੋਈ ਆਪਸੀ ਰੌਲਾ ਗੌਲਾ ਹੋਇਆ? ਤਾਂ ਉਸ ਤੋਂ ਬਾਅਦ ਜਿਹੜਾ ਭਾਈ ਜੀ ਹੁਣ ਤੁਹਾਡੇ ਘਰੇ ਬੱਚਾ ਜਨਮ ਲੈ ਰਿਹਾ ਹੈ, ਕੀ ਤੁਸੀਂ ਭਗਵੰਤ ਸਿੰਘ ਮਾਨ ਦੱਸੋਗੇ ਵੀ ਉਹ ਬੱਚਾ ਲੀਗਲ ਹੋਊਗਾ ਜਾਂ ਨਹੀਂ? ਉਮਰ ਤੁਹਾਡੀ ਵੀ 50 ਸਾਲ ਤੋਂ ਉੱਪਰ ਹੈ। ਇਹ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਪਰ ਕਿਸੇ ਦੇ ਘਰੇ ਜਦੋਂ ਲਾਸ਼ਾਂ ਦੇ 70 ਵਿਸ਼ੇ ਹੋਣ ਤੇ ਅਸੀਂ ਉੱਥੇ ਜਾ ਕੇ ਵੀ ਰਾਜਨੀਤੀ ਜਾਂ ਸਿਆਸੀ ਖੇਡਾਂ ਜਦੋਂ ਇਹ ਖੇਡਦੇ ਹਾਂ ਨਾ, ਤਾਂ ਫਿਰ ਉਹ ਬਲਕੌਰ ਸਿੰਘ ਨੇ ਵੀ ਕਿਹਾ ਵੀ ਭਾਈ ਮੈਂ ਫੌਜੀ ਹਾਂ ਤੇ ਇਹੋ ਜਿਹਾ ਅੱਕਿਆ ਬਾਅਦ ਜਾ ਕੇ ਮੱਥੇ 'ਚ ਗੋਲੀ ਮਾਰਦਾ ਹੁੰਦਾ। ਤਾਂ ਭਾਈ ਸਾਹਿਬ ਮੇਰੀ ਭਗਵੰਤ ਸਿੰਘ ਮਾਨ ਸਾਹਿਬ ਬੜੀ ਤੁਹਾਨੂੰ ਇੱਕ ਰਿਕੁਐਸਟ ਆ ਇਹ ਵੀ ਅਜਿਹੀਆਂ ਹਰਕਤਾਂ ਇਹ ਪ੍ਰਸ਼ਾਸਨ ਤੋਂ ਕਰਵਾਉਣੀਆਂ ਵੀ ਬੰਦ ਕਰੋ, ਤੇ ਜੇ ਪ੍ਰਸ਼ਾਸਨ ਆਪਦੀ ਮਨ ਮਰਜ਼ੀ ਨਾਲ ਕਰਦਾ ਹੈ, ਮਨ ਤੁਹਾਡੇ ਹੋ ਸਕਦਾ ਜਾਂ ਅੱਖ ਹੀ ਨਾ ਲੱਗਦਾ ਹੋਵੇ, ਤਾਂ ਗੌਰਵ ਯਾਦਵ ਜੀ ਬੈਠੇ ਇਹਨਾਂ ਨੂੰ ਸਦੋ ਤੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਸਮਝਾਓ ਵੀ ਉਸ ਪਰਿਵਾਰ ਨੂੰ ਤੁਸੀਂ ਸਿਕਿਉਰਿਟੀ ਦੇਣੀ ਹੈ, ਉਸ ਪਰਿਵਾਰ ਨੂੰ ਤੁਸੀਂ ਸਿਕਿਉਰਿਟੀ ਦੇਣੀ ਹੈ, ਉਸ ਪਰਿਵਾਰ ਨੂੰ ਡਰਾਉਣਾ ਧਮਕਾਉਣਾ ਜਾਂ ਉਹਨਾਂ ਤੇ ਤੁਸੀਂ ਨੋਟਿਸ ਹੀ ਨਹੀਂ ਕੱਢੀ ਜਾਣੇ ਵੀ ਆਓ ਵੀ ਸਾਡੇ ਕੋਲ ਪੇਸ਼ ਹੋਵੋ, ਉਹ ਘੱਟੋ ਘੱਟ ਜਵਾਕ ਨੂੰ ਯਾਰ ਚੱਜ ਤਰ੍ਹਾਂ ਜੰਮਦਾ ਲੈਣ ਦਿਓ। ਬੱਚਾ ਤਾਂ ਹਜੇ ਹਫਤੇ ਦਾ ਨਹੀਂ ਹੋਇਆ, ਕੁਛ ਦਿਨਾਂ ਦਾ, ਕੋਈ ਨਹੀਂ ਉਹਦਾ ਮਹੀਨਾ ਹੋ ਲੈਣ ਦਿਓ, ਬਲਕੌਰ ਸਿੰਘ ਨੇ ਇੱਥੇ ਹੀ ਰਹਿਣਾ। ਬਲਕੌਰ ਸਿੰਘ ਕਿਹੜਾ ਅਮੈਰੀਕਾ ਚੱਲਿਆ,
ਉਹਨਾਂ ਦਾ ਤਾਂ ਪੁੱਤ ਜਿਹਦੇ ਵਿਚਾਰੇ ਦੇ 70 ਵੱਜ ਗਏ, ਉਦੋਂ ਉਹਨਾਂ ਨੇ ਆਪਦਾ ਪਿੰਡ ਨਹੀਂ ਛੱਡਿਆ, ਹਜੇ ਤੱਕ ਚੰਡੀਗੜ੍ਹ ਨਹੀਂ। ਇੱਥੇ ਮਾੜੇ ਮੋਟੇ ਕਲਾਕਾਰ ਦੀ ਜਿਵੇਂ ਦੇ ਹੁੰਦੇ ਆ, ਕੋਈ 20 ਲੱਖ ਦੀ ਕਮਾਈ ਕਰਜੇ, ਉਹ ਵੀ ਜਾ ਕੇ ਚੰਡੀਗੜ੍ਹ ਜਾ ਕੇ ਮਾੜੇ ਮੋਟੇ ਫਲੈਟਾਂ 'ਚ ਝਾਤੀਆਂ ਮਾਰਨ ਲੱਗ ਜਾਂਦਾ, ਤੇ ਬਲਕੌਰ ਸਿੰਘ ਦੇ ਬੱਚੇ ਦੀ ਮੌਤ ਹੋ ਜਾਂਦੀ, ਉਹ ਹਜੇ ਤੱਕ ਪਿੰਡ 'ਚ ਬੈਠੇ ਆ। ਤੇ ਇੰਨੀਆਂ ਸਾਨੂੰ ਕਾਹਦੀਆਂ ਉਹ ਹੋ ਗਈਆਂ ਵੀ ਅਸੀਂ ਪਹਿਲਾਂ ਪਰਿਵਾਰ ਨੂੰ ਖੁਸ਼ੀਆਂ ਦੀ ਬਜਾਏ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਸੀ ਕਿ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਜਾਂਦੇ, ਉਹਨਾਂ ਨੂੰ ਵਧਾਈ ਦਿੰਦੇ। ਤੁਹਾਡੀ ਪਾਰਟੀ ਦਾ ਕੋਈ ਤੁਹਾਡਾ ਹੈਗਾ ਸੀ ਜਿਹੜਾ ਕੋਈ ਅਸੈਂਬਲੀ ਮੈਂਬਰ ਜਾਂਦਾ ਨਾ ਜਾਂਦਾ, ਕੋਈ ਮਿਨਿਸਟਰ ਜਾਂਦਾ, ਉਹਨਾਂ ਨੂੰ ਵਧਾਈ ਦਿੰਦਾ ਵੀ ਭਾਈ ਚਲੋ ਅਸੀਂ ਤੁਹਾਡੇ ਜਿਹੜੇ ਦੂਜੇ ਬੱਚੇ ਦੀ ਵੀ ਹੈਗੀ ਆ ਤਜਵੀਜ਼ ਕਰਾਵਾਂਗੇ, ਜਿੱਥੋਂ ਤੱਕ ਅਸੀਂ ਉਹਨਾਂ ਨੂੰ ਕਰ ਸਕਦੇ ਹਾਂ ਉਹ ਵੀ ਕਰਾਂਗੇ, ਪਰ ਇਸ ਬੱਚੇ ਦੀ ਤੁਹਾਨੂੰ ਵਧਾਈ। ਭਗਵੰਤ ਸਿੰਘ ਮਾਨ ਖੁਦ ਵੀ ਜਾ ਸਕਦੇ ਸੀ, ਤੁਸੀਂ ਆਹ ਨਿੱਕੇ ਨਿੱਕੇ ਛੋਟੇ ਛੋਟੇ ਜਿਹੜੇ ਬੱਚੇ MLA ਬਣੇ ਆ ਇਹਨਾਂ ਦੇ ਵਿਆਹਾਂ ਤੇ ਜਾ ਕੇ ਜੇ ਭੰਗੜੇ ਪਾ ਸਕਦੇ ਹੋ ਤਾਂ ਇੱਕ ਉਸ ਪਰਿਵਾਰ ਦੇ ਵੀ ਤੁਹਾਨੂੰ ਜਾਣਾ ਬਣਦਾ ਸੀ, ਤੇ ਪਰ ਤੁਸੀਂ ਤਾਂ ਉਹਦੇ ਉਲਟ ਉਹਨਾਂ ਨੂੰ ਦੁੱਖ ਦੇਣ ਦੇ ਲੱਗ ਗਏ। ਤਾਂ ਭਗਵੰਤ ਸਿੰਘ ਮਾਨ ਕਿਸੇ ਤਜਵੀਜ਼ ਤੇ ਕਿਸੇ ਤਰੀਕੇ ਨਾਲ ਇਹ ਗੱਲ ਸਹੀ ਨਹੀਂ ਹੈ, ਤੁਹਾਨੂੰ ਆਪਦਾ ਆਪ ਵਿਚਾਰਨ ਦੀ ਲੋੜ ਹੈ, ਕਿਉਂਕਿ ਤੁਸੀਂ ਦੋਨੋਂ ਪਰਿਵਾਰ ਉਹਨਾਂ ਦਾ ਤਾਂ ਚਲੋ ਐਨਕਾਊਂਟਰ 'ਚ ਮਰਿਆ ਗਿਆ, ਤੁਹਾਡੇ ਵਾਹਿਗੁਰੂ ਦੀ ਕਿਰਪਾ ਨਾਲ ਅਮੈਰੀਕਾ 'ਚ ਹੈ, ਅਤੇ ਵਾਹਿਗੁਰੂ ਉਹਨਾਂ ਦੀਆਂ ਲੰਮੀਆਂ ਉਮਰਾਂ ਕਰੇ, ਉਹਨਾਂ ਨੂੰ ਸਲਾਮਤੀ ਬਖਸ਼ੇ, ਤਰੱਕੀ ਦੇਵੇ ਆਪਦੀ ਜ਼ਿੰਦਗੀ, ਤੁਹਾਡੇ ਦੂਜੇ ਬੱਚਿਆਂ ਨੂੰ ਵੀ। ਪਰ ਕਿਸੇ ਦੇ ਮਰੇ ਹੋਏ ਬੱਚੇ ਦੇ ਉਹਦੇ ਦੁਆਰਾ ਜੇ ਬੱਚਾ ਜਨਮ ਲੈਂਦਾ ਤੇ ਉਹਨਾਂ ਨੂੰ ਓਵਰ ਔਰ ਇਸ ਉਮਰ 'ਚ ਬੁਢਾਪੇ 'ਚ ਦੁਖੀ ਕਰਨਾ ਇਹ ਕੋਈ ਅਕਲ ਵਾਲੀ ਗੱਲ ਨਹੀਂ ਹੈ। ਤਾਂ ਭਗਵੰਤ ਸਿੰਘ ਮਾਨ ਤੁਸੀਂ ਅਤੇ ਆਪਦੇ ਜਿਹੜਾ ਤੁਹਾਡਾ ਪ੍ਰਸ਼ਾਸਨ ਉਹਨਾਂ ਨੂੰ ਨਿਰਦੇਸ਼ ਕਰੋ ਕਿ ਬੰਦੇ ਦੇ ਪੁੱਤ ਬਣ ਕੇ ਇਹਨਾਂ ਦੀ ਸਿਕਿਉਰਿਟੀ ਕਰਨੀ, ਇਹਨਾਂ ਨੂੰ ਦੁੱਖ ਨਹੀਂ ਦੇਣਾ।